जिंदाबाद 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 पक्षलर्स कमेटी जिंदाबाद 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 मुख्यमंत्री मुर्दाबाद मुख्यमंत्री मुर्दाबाद। अध्यापक संघर्ष कमेटी कल करेगी कैप्टन दे महल तक घिराओ। हुण खबर विस्तार नाल। अध्यापक संघर्ष कमेटी वालों अज पटियाला विखे रोस प्रदर्शन किया गया अते ऐलान किया गया कि अध्यापक संघर्ष कमेटी वालों कल मुख्यमंत्री कैप्टन अमरिंदर सिंह दे महल का घिराओ किया जाएगा, जिस विच पूरे पंजाब भर तो भारी गिनती विच अध्यापक पहुँचणगे। तुहानू यह भी दस दिए कि पिछले लंबे समय तो रैगुलर की मांग नूं लैके यह अध्यापक लगातार प्रदर्शन कर रहे हैं। ਸਾਡੀ ਅਧਿਆਪਕ ਸੰਘਰਸ਼ ਕਮੇਟੀ ਦੀ ਅੱਜ ਇੱਥੇ ਪਟਿਆਲੇ ਮੀਟਿੰਗ ਕਰੀ ਜਾ ਰਹੀ ਆ, ਜੋ ਕੱਲ੍ਹ ਦੇ ਸਾਡੇ ਵਿਸ਼ਾਲ ਇਕੱਠ ਲਈ ਆ। ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਆ, ਕੈਪਟਨ ਸਾਹਿਬ ਵੱਲੋਂ ਕੀਤੇ ਗਏ ਵਾਅਦੇ ਬਿਲਕੁਲ ਮੁੱਕਰ ਰਹੀ ਆ, ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾ ਰਹੀ। ਕੱਲ੍ਹ ਦਾ ਸਾਡਾ ਸਿੱਧਾ ਸਿੱਧਾ ਐਲਾਨ ਆ ਕਿ ਕੱਲ੍ਹ ਅਸੀਂ ਮੋਤੀ ਮਹਿਲ ਘੇਰਨ ਜਾ ਰਹੇ ਹਾਂ ਅਤੇ ਵੱਡੇ ਇਕੱਠ ਨਾਲ ਪਟਿਆਲੇ ਵਿੱਚ ਸ਼ਮੂਲੀਅਤ ਕਰਾਂਗੇ। ਸਾਡੇ ਜਿੰਨੇ ਵੀ ਮੰਗ ਪੱਤਰ ਵਿੱਚ ਵਾਅਦੇ ਆ ਉਹ ਪੂਰੇ ਕੀਤੇ ਜਾਣ, ਕਿਉਂਕਿ ਸਰਕਾਰ ਇਹਨਾਂ 'ਤੇ ਵਾਰ ਵਾਰ ਟਾਲਾ ਵੱਟ ਰਹੀ ਆ ਅਤੇ ਟਾਈਮ ਟਪਾਓ ਨੀਤੀ 'ਤੇ ਕੰਮ ਚਲਾ ਰਹੀ ਆ। ਸਾਡੇ ਅਧਿਆਪਕ ਸੰਘਰਸ਼ ਕਮੇਟੀ ਦੇ ਜਿੰਨੀਆਂ ਵੀ ਜਥੇਬੰਦੀਆਂ ਉਹ ਭਰ ਵੀ ਸ਼ਮੂਲੀਅਤ ਵਿੱਚ ਇੱਥੇ ਆਉਣਗੇ ਅਤੇ ਵੱਡਾ ਇਕੱਠ ਇੱਕ ਵੱਡਾ ਹਜੂਮ ਪਟਿਆਲੇ ਦੇ ਵਿੱਚ ਇੱਕ ਹੜ ਬਣ ਕੇ ਆਏਗਾ, ਜੋ ਸਰਕਾਰ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦੂਗਾ। ਇਹ ਧਾਰਾ 144 ਸਿਰਫ ਅਤੇ ਸਿਰਫ ਸਾਡੇ ਆਜ਼ਾਦੀ ਨੂੰ ਖੋਣ ਦਾ ਇੱਕ ਜ਼ਰੀਆ ਬਣਾਇਆ ਗਿਆ, ਜਦਕਿ ਸਾਨੂੰ ਪਤਾ ਸਾਡਾ ਪ੍ਰਦਰਸ਼ਨ ਕਰਨਾ ਸਾਡਾ ਇੱਕ ਮੌਲਿਕ ਅਧਿਕਾਰ ਆ। ਅਸੀਂ ਆਪਣੀ ਮੰਗ ਸਰਕਾਰ ਅੱਗੇ ਰੱਖ ਰਹੇ ਹਾਂ, ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹਾਂ। ਸਰਕਾਰ ਨਜਾਇਜ਼ ਤਰੀਕੇ ਨਾਲ ਧਾਰਾ 144 ਲਗਾ ਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ, ਪਰ ਸਾਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਹੈਗੀ। ਅਸੀਂ ਇੱਕ ਵੱਡੇ ਹਜੂਮ ਨਾਲ ਇੱਥੇ ਬਿਲਕੁਲ ਬੜਕਾਂ ਗਿਆ। ਜਿਸ ਤਰ੍ਹਾਂ ਸਿੱਖਿਆ ਮੰਤਰੀ ਤੁਹਾਨੂੰ ਜਿਹੜਾ ਕਿਹਾ ਸੀ ਕਿ ਮੁੱਖ ਮੰਤਰੀ ਮੀਟਿੰਗ ਕਰਾਵਾਂਗੇ, ਤੁਹਾਨੂੰ ਲੱਗਦਾ ਸੀ ਤੁਹਾਨੂੰ ਸਿੱਖਿਆ ਮੰਤਰੀ ਦਾ ਘਰ ਦਾ ਘਰਾਓ ਕਰਨਾ ਚਾਹੀਦਾ ਕਿ ਤੁਸੀਂ ਉਹਨਾਂ ਨੇ ਮੀਟਿੰਗ ਦਿੱਤੀ ਕੈਪਟਨ ਨਹੀਂ ਹੋਣ ਦਿੱਤੀ ਗਈ? ਇਹ ਜਿਹੜੀ ਮੀਟਿੰਗ ਆ ਮੁੱਖ ਮੰਤਰੀ ਪੰਜਾਬ ਵੱਲੋਂ ਸਿੱਖਿਆ ਮੰਤਰੀ ਰਾਹੀਂ ਦਿੱਤੀ ਗਈ ਸੀ। ਇਸ ਮੀਟਿੰਗ ਤੋਂ ਸਿੱਧਾ ਸਿੱਧਾ ਮੁੱਖ ਮੰਤਰੀ ਖੁਦ ਭੱਜਿਆ ਅਤੇ ਸਿੱਖਿਆ ਮੰਤਰੀ ਨੇ ਇਸ ਦੇ ਵਿੱਚ ਇੱਕ ਵਿਚੋਲਗੀ ਦਾ ਕੰਮ ਕੀਤਾ ਸੀ। ਅਸੀਂ ਜਿਹੜਾ ਵਿਰੋਧ ਕਰ ਰਹੇ ਹਾਂ ਮੁੱਖ ਮੰਤਰੀ ਦਾ ਕਰ ਰਹੇ ਹਾਂ, ਉਹਦੇ ਕੋਲ ਜੇ ਆਪਣੇ ਮੰਤਰੀਆਂ ਲਈ ਟਾਈਮ ਲਈ ਸਾਡੇ ਲਈ ਟਾਈਮ ਕੱਢਣ ਵਾਸਤੇ ਹੁਣ ਉਹਨੂੰ ਮਜਬੂਰ ਹੋਣਾ ਪੈਣਾ, ਕਿਉਂਕਿ ਇੱਕ ਵੱਡੇ ਇਕੱਠ ਅੱਗੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵੱਡੇ ਇਕੱਠ ਵਿੱਚ ਆ ਕੇ ਮੀਟਿੰਗ ਕਰਨ, ਹੁਣ ਇੱਦਾਂ ਦਾ ਇਕੱਠ ਕਰਦਾ। ਆਸ ਦੀ ਗੱਲ ਨਹੀਂ ਜੀ, ਅਸੀਂ ਬਿਲਕੁਲ ਐਲਾਨ ਕਰ ਚੁੱਕੇ ਹਾਂ ਵੀ ਇਹ ਚਾਹੋ ਸਾਨੂੰ ਜਿੰਨੇ ਵੀ ਬੈਰੀਕੇਡ ਤੋੜਨੇ ਪੈਣ, ਜੋ ਵੀ ਕਰਨਾ ਪਵੇ, ਅਸੀਂ ਵੱਡੇ ਹਜੂਮ ਨਾਲ ਮਹਿਲ ਤੱਕ ਬਿਲਕੁਲ ਪਹੁੰਚਾਂਗੇ ਅਤੇ ਇਸ ਗੱਲ ਦਾ ਅਸੀਂ ਪ੍ਰਣ ਕਰਦੇ ਹਾਂ। फाजिलका समाचारों पर हम लोग आपको सुनाते हैं फाजिलका के ताज़ा समाचार। पर अभी तक अगर आपने हमारा YouTube लिंक क्लिक नहीं किया है तो प्लीज़ YouTube लिंक पर जाकर उसे क्लिक करें और हमारे ताज़े अपडेट्स पाने के लिए वहां लगा बेल आइकन भी दबाएं, ताकि जल्द से जल्द आप तक हम हर पल की खबर पहुंचाते रहें।